ਜ਼ਿਆਦਾ ਸਮਾਂ ਏਸੀ ਦੇ ਵਿੱਚ ਰਹਿਣ ਵਾਲੇ ਹੋ ਜਾਓ ਸਾਵਧਾਨ। ਤੁਹਾਨੂੰ ਸ਼ਮਸ਼ਾਨ ਪਹੁੰਚਾ ਸਕਦੀ ਹੈ ਇਹ ਆਦਤ। ਮਾਹਰਾਂ ਦੇ ਇਹ ਖੁਲਾਸੇ ਸੁਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ। ਅਸਮਾਨ ਤੋਂ ਵਰ ਹੀ ਅੱਗ ਦੀ ਵਜ੍ਹਾ ਕਰਕੇ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਪਾਰਾ 45 ਤੋਂ ਪਾਰ ਹੋ ਚੁੱਕਾ ਹੈ ਅਤੇ ਗਰਮੀ ਤੋਂ ਲੋਕ ਹਾਲੋ ਬੇਹਾਲ ਨੇ। ਅਜਿਹੇ ਦੇ ਵਿੱਚ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਏਅਰ ਕੰਡੀਸ਼ਨ ਦੀ ਖੂਬ ਵਰਤੋਂ ਕਰ ਰਹੇ ਨੇ। ਅੱਜ ਕੱਲ੍ਹ ਚਾਹੇ ਘਰ ਹੋਵੇ ਜਾਂ ਦਫ਼ਤਰ, ਸਾਰੇ ਫੁੱਲੀ ਏਅਰ ਕੰਡੀਸ਼ਨ ਹੋ ਚੁੱਕੇ ਨੇ। ਜ਼ਿਆਦਾਤਰ ਲੋਕ ਏਸੀ ਵਿੱਚ ਹੀ ਰਹਿੰਦੇ ਨੇ, ਪਰ ਕੀ ਤੁਹਾਨੂੰ ਪਤਾ ਹੈ ਕਿ ਏਸੀ ਦੀ ਠੰਡੀ ਹਵਾ ਭਵਿੱਖ ਦੇ ਵਿੱਚ ਸਿਹਤ ਨੂੰ ਲੈ ਕੇ ਕਾਫ਼ੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਰਹੀ ਹੈ। ਏਅਰ ਕੰਡੀਸ਼ਨ ਦੀ ਲੰਮੇ ਸਮੇਂ ਤੱਕ ਵਰਤੋਂ ਕਰਕੇ ਕਈ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ। ਤੁਹਾਨੂੰ ਦੱਸਾਂਗੇ ਕਿ ਜ਼ਿਆਦਾ ਸਮੇਂ ਤੱਕ ਏਸੀ ਦੀ ਹਵਾ ਦੇ ਵਿੱਚ ਰਹਿਣਾ ਕਿੰਨੀ ਖਤਰਨਾਕ ਹੈ ਅਤੇ ਸਰੀਰ ਨੂੰ ਇਸ 'ਤੇ ਕੀ ਨੁਕਸਾਨ ਹੋ ਸਕਦੇ ਨੇ। ਅੱਤ ਦੀ ਗਰਮੀ ਪੈ ਰਹੀ ਹੈ ਅਤੇ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ। ਪਾਰਾ 45 ਡਿਗਰੀ ਤੋਂ ਪਾਰ ਹੈ ਅਤੇ ਹੀਟ ਵੇਵ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ। ਲੋਕ ਭਿਆਨਕ ਗਰਮੀ ਤੋਂ ਬਚਣ ਲਈ ਏਸੀ ਦੀ ਖੂਬ ਵਰਤੋਂ ਕਰ ਰਹੇ ਨੇ, ਪਰ ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਲੰਮੇ ਸਮੇਂ ਤੱਕ ਏਸੀ ਦੀ ਵਰਤੋਂ ਤੁਹਾਡੇ ਲਈ ਭਵਿੱਖ ਦੇ ਵਿੱਚ ਖਤਰਨਾਕ ਸਾਬਤ ਹੋ ਸਕਦੀ ਹੈ? ਕਈ ਬਿਮਾਰੀਆਂ ਜਿਵੇਂ ਕਿ ਅੱਖਾਂ ਦੇ ਵਿੱਚ ਚਲਨ, ਚਮੜੀ ਦੀਆਂ ਸਮੱਸਿਆਵਾਂ ਜਾਂ ਮਾਈਗ੍ਰੇਨ ਹੋ ਸਕਦੇ ਹਨ। ਮਾਹਰਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਾਰਾ ਦਿਨ ਏਸੀ ਦੇ ਵਿੱਚ ਬੈਠਣ ਨਾਲ ਸਰੀਰ ਦੀ ਕੁਦਰਤੀ ਨਮੀ ਘੱਟ ਹੋਣ ਲੱਗਦੀ ਹੈ, ਜਿਸ ਨਾਲ ਸਰੀਰ ਦੀ ਗਰਮੀ ਬਰਦਾਸ਼ਤ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਣ ਲੱਗਦੀ ਹੈ। ਜ਼ਿਆਦਾ ਦੇਰ ਤੱਕ ਏਸੀ ਦੇ ਵਿੱਚ ਰਹਿਣ ਦੇ ਨਾਲ ਕਈ ਕਾਰਨਾਂ ਕਰਕੇ ਸਿਰ ਦਰਦ ਜਾਂ ਫਿਰ ਮਾਈਗ੍ਰੇਨ ਹੋ ਸਕਦੇ ਹਨ, ਜਿਵੇਂ ਕਿ ਏਸੀ ਦੀ ਠੰਡੀ ਹਵਾ ਖੁਸ਼ਕ ਹੈ। ਇਹ ਤੁਹਾਡੇ ਸਾਈਨਸ ਨੂੰ ਆਮ ਨਾਲੋਂ ਜ਼ਿਆਦਾ ਸੁੱਕਣ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਸਿਰ ਦਰਦ ਦਾ ਖਤਰਾ ਵੀ ਕਾਫ਼ੀ ਬਣਿਆ ਰਹਿੰਦਾ ਹੈ। ਏਸੀ ਦੇ ਲੰਬੇ ਸਮੇਂ ਤੱਕ ਸੰਪਰਕ ਦੇ ਵਿੱਚ ਰਹਿਣ ਨਾਲ ਸਿਰ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਸਕਦੀਆਂ ਨੇ, ਜਿਸ ਨਾਲ ਦਿਮਾਗ ਦੇ ਵਿੱਚ ਖੂਨ ਦਾ ਪ੍ਰਵਾਹ ਘੱਟ ਹੋ ਸਕਦਾ ਹੈ। ਏਸੀ ਦੇ ਵਿੱਚ ਰਹਿਣ ਨਾਲ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਅਤੇ ਇਹੀ ਵੱਡੀ ਵਜ੍ਹਾ ਕਿ ਤੁਹਾਨੂੰ ਸਿਰ ਦਰਦ ਅਤੇ ਮਾਈਗ੍ਰੇਨ ਦਾ ਖਤਰਾ ਕਾਫ਼ੀ ਜ਼ਿਆਦਾ ਬਣਿਆ ਹੋਇਆ। ਜ਼ਿਆਦਾ ਸਮੇਂ ਏਸੀ ਦੇ ਵਿੱਚ ਰਹਿਣਾ ਅੱਖਾਂ 'ਤੇ ਮਾੜਾ ਅਸਰ ਪਾਉਂਦਾ ਹੈ। ਅੱਖਾਂ ਨੂੰ ਹਾਈਡਰੇਟ ਰਹਿਣ ਦੇ ਲਈ ਨਮੀ ਦੀ ਲੋੜ ਹੁੰਦੀ ਹੈ, ਪਰ ਏਸੀ ਆਲੇ ਦੁਆਲੇ ਦੀ ਹਵਾ ਦੇ ਵਿੱਚ ਨਮੀ ਨੂੰ ਘਟਾ ਸਕਦੇ, ਜਿਸ ਨਾਲ ਅੱਖਾਂ ਖੁਸ਼ਕ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਅੱਖਾਂ ਦੇ ਵਿੱਚ ਖਾਰਸ਼, ਲਾਲੀ ਅਤੇ ਖੁਸ਼ਕੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਇਸ ਦੇ ਨਾਲ ਹੀ ਜੇਕਰ ਫਿਲਟਰਾਂ ਅਤੇ ਨਲਕੀਆਂ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਇਸ ਨਾਲ ਫੰਗਸ, ਬੈਕਟੀਰੀਆ ਅਤੇ ਵਾਇਰਸ ਪੈਦਾ ਹੋਣ ਦਾ ਖਤਰਾ ਵੀ ਕਾਫ਼ੀ ਜ਼ਿਆਦਾ ਰਹਿੰਦਾ, ਜਿਸ ਕਰਕੇ ਅੱਖਾਂ ਦੇ ਵਿੱਚ ਐਲਰਜੀ ਜਾਂ ਫਿਰ ਸੋਜਿਸ ਹੋ ਸਕਦੀ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਏਸੀ ਦੇ ਮਾੜੇ ਪ੍ਰਭਾਵਾਂ ਤੋਂ ਕਿਵੇਂ ਬਚਿਆ ਜਾਵੇ। ਆਪਣੇ ਘਰ, ਕਾਰ ਅਤੇ ਦਫ਼ਤਰ ਦੇ ਵਿੱਚ ਏਸੀ ਨੂੰ ਸਾਫ਼ ਰੱਖੋ। ਗਰਮੀ ਦੇ ਮੌਸਮ ਤੋਂ ਪਹਿਲਾਂ ਹੀ ਏਸੀ ਦੇ ਫਿਲਟਰ ਬਦਲਵਾ ਸਕਦੇ ਹੋ, ਜਿਸ ਨਾਲ ਮੌਜੂਦਾ ਉੱਲੀ ਜਾਂ ਗੰਦਗੀ ਦੂਰ ਹੋ ਜਾਵੇਗੀ। ਜੇਕਰ ਤੁਸੀਂ ਥਕਾਵਟ, ਸਿਰ ਦਰਦ ਜਾਂ ਮਾਸਪੇਸ਼ੀਆਂ ਜਾਂ ਫਿਰ ਜੋੜਾਂ ਦੇ ਵਿੱਚ ਦਰਦ ਮਹਿਸੂਸ ਕਰ ਰਹੇ ਹੋ ਤਾਂ ਕੁਝ ਸਮੇਂ ਦੇ ਲਈ ਏਸੀ ਬੰਦ ਕਰ ਦਿਓ। ਬਾਹਰ ਦੇ ਤਾਪਮਾਨ ਅਤੇ ਤੁਹਾਡੇ ਕਮਰੇ ਜਾਂ ਫਿਰ ਦਫ਼ਤਰ ਦੇ ਤਾਪਮਾਨ ਦੇ ਵਿੱਚ ਬਹੁਤਾ ਅੰਤਰ ਨਹੀਂ ਹੋਣਾ ਚਾਹੀਦਾ। ਏਸੀ ਦੀ ਹਵਾ ਦੇ ਹੇਠਾਂ ਬੈਠਣਾ ਜਾਂ ਫਿਰ ਸੌਣਾ ਵੀ ਖੁਸ਼ਕ ਚਮੜੀ ਅਤੇ ਮਾਸਪੇਸ਼ੀਆਂ ਦੇ ਵਿੱਚ ਅਕੜਨ ਵਰਗੀਆਂ ਕਈ ਸਮੱਸਿਆਵਾਂ ਪੈਦਾ ਕਰ ਸਕਦਾ। ਇਸ ਲਈ ਏਸੀ ਏਅਰ ਫਲੋ ਨਾਲ ਸਿੱਧੇ ਸੰਪਰਕ ਤੋਂ ਬਚਾਅ ਕਰਨਾ ਚਾਹੀਦਾ। ਜਿਸ ਕਮਰੇ ਦੇ ਵਿੱਚ ਏਸੀ ਲੱਗਾ ਉਸ ਦੇ ਵਿੱਚ ਹਵਾਦਾਰੀ ਦੀ ਸਹੀ ਵਿਵਸਥਾ ਕਰੋ। ਇਸ ਨਾਲ ਸ਼ੁੱਧ ਹਵਾ ਬਣੀ ਰਹਿੰਦੀ ਹੈ ਅਤੇ ਐਲਰਜੀ ਵਰਗੀਆਂ ਪ੍ਰਤੀਕਿਰਿਆਵਾਂ ਤੋਂ ਵੀ ਬਚਿਆ ਜਾ ਸਕਦਾ। ਇੱਥੇ ਇੱਕ ਇਹ ਸਵਾਲ ਵੀ ਪੈਦਾ ਹੁੰਦਾ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ ਕਿ ਏਸੀ ਨੂੰ ਕਿੰਨੇ ਟੈਂਪਰੇਚਰ 'ਤੇ ਚਲਾਉਣਾ ਚਾਹੀਦਾ। ਇਸ ਦੇ ਬਾਰੇ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਨੇ ਦੱਸਿਆ ਹੈ ਕਿ 24 ਡਿਗਰੀ ਏਸੀ ਦਾ ਤਾਪਮਾਨ
ਮਨੁੱਖੀ ਸਰੀਰ ਦੇ ਲਈ ਸਹੀ ਹੈ। ਇਸ ਤੋਂ ਵੱਧ ਜਾਂ ਫਿਰ ਘੱਟ ਤਾਪਮਾਨ ਅਤੇ ਲੰਮੇ ਸਮੇਂ ਤੱਕ ਏਸੀ ਚਲਾਉਣਾ ਸਰੀਰ ਦੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ 24 ਡਿਗਰੀ ਤਾਪਮਾਨ 'ਤੇ ਏਸੀ ਚਲਾਉਣ ਦੇ ਨਾਲ ਬਿਜਲੀ ਦਾ ਬਿੱਲ ਵੀ 15-20 ਫੀਸਦੀ ਘੱਟ ਆਉਂਦਾ ਹੈ। ਇੱਕ ਵਾਰ ਜਦੋਂ ਏਸੀ ਕਮਰਾ ਠੰਡਾ ਕਰ ਦੇਵੇ ਤਾਂ ਕੁਝ ਦੇਰ ਦੇ ਲਈ ਏਸੀ ਬੰਦ ਕਰਨਾ ਬਿਹਤਰ ਹੁੰਦਾ ਹੈ। ਬਿਊਰੋ ਰਿਪੋਰਟ, ਹਮਦਰਦ TV।